कबीर मुल्ला मुनारे क्या छड़े
सो बाहर आनंद सो अंतर सो बाहर आनंद घट घट व्याप रहा भगवान धरनु माहे अघास पताल सर्व लोक प्रतपाल मन तिन पर्वत है मार ब्रह्म मन तिन पर्वत है पार ब्रह्म जैसी आज्ञा जैसी आज्ञा तैसा कर्म चार कुंट दैद से समाए उसते भिन्न नहीं कोठा मुनारे क्या चढ़े उसते भिन्न नहीं कोठा मुल्ला मस्जिद दे नाल उसारा गया बड़ा वड्डा मीनार उंदे ते चढ़िया बांग देने लई सदड़ा देने लई बाबा कबीर जी ने एक सवाल खड़ा कीता है इस सवाल दे उल्ले विच गुरमत दा एक बड़ा वड्डा पैगाम मैसेज है साडे लई मुल्ला मीनार ते इसलिए चढ़े हैं मेरा सदड़ा मेरी बांग मेरी आवाज दूर तक पहुंच जाए जा मैं दूर तक देख सका हमेशा मनुख उच्ची थावें इसलिए खलो के देखदा है भी दूर तक देख सके जा मेरी आवाज दूर तक पहुंच सके उच्ची थां ते मीनार ते खड़ा होने दा मकसद इको एक दूरी दा तसव्वर करना है पर बाबा कबीर कहंदे ने जे ता तू खुदावंद नू सुना रहे हैं सदा नमाज फिर तू की खुदावंद नू दूर समझना है ता उच्ची थां ते खलोता है हैरान होना बाबा कबीर जी दे इस श्लोक दे बिल्कुल मुआफक को जे आप गुरु अमरदास पातशाह जी दा बचन है ओ मुल्ला नू नहीं हरट नू खूह नू मुखातब करके आखदे ने पुरातन समय दे खूह जिन्ना बजुर्गां ने देखे ने आ हुण वालियां कोई मोटरां ते लगियां नहीं सन हुंदियां आ लोहे दे बने हुए चक्कल भी बाद विच आए पहलां लकड़ी दे बने हुए चक्कल खूह विच चलाउण विच कम दिंदे सन ते जदों ओ खूह चलदा सी ਉਦੋਂ ਦੇ ਵਿੱਚੋਂ ਬੜੀ ਖੂਬਸੂਰਤ ਮਿੱਠੀ ਮਿੱਠੀ ਇੱਕ ਧੁਨ ਨਿਕਲਦੀ ਸੀ ਆਵਾਜ਼ ਆਉਂਦੀ ਸੀ ਇਸ
ਲੋਹੇ ਦੇ ਚੱਕਲਾਂ ਵੇਲੇ ਤਾਂ ਉਹ ਆਵਾਜ਼ ਬਦਲ ਕੇ ਠੱਕ ਠੱਕ ਦੀ ਹੋ ਗਈ ਨਾ। ਪਰ ਪਹਿਲਾਂ ਦੇ ਵਿੱਚੋਂ ਇੱਕ ਬੜੀ ਖੂਬਸੂਰਤ ਮਿੱਠੀ ਇੱਕ ਰਸ ਧੁਣ ਨਿਕਲਦੀ ਸੀ, ਜਿਸ ਧੁਣ ਨੂੰ ਜੇ ਕੋਈ ਜ਼ਿਹਨ ਵਿੱਚ ਤਸੱਵਰ ਕਰਦੇ ਕਰੇ ਤਾਂ ਇਉਂ ਦੱਸਦਾ ਸੀ ਮਾਨੋ ਉਹ ਹਰਟ ਉਹ ਖੂਹ ਬੰਦਗੀ ਕਰ ਰਿਹਾ ਹੈ ਅਤੇ ਤੂੰ ਹੀ ਤੂੰ ਹੀ ਤੂੰ ਤੂੰ ਦੀ ਆਵਾਜ਼ ਦੇ ਰਿਹਾ। ਮਨ ਦੀ ਅਵਸਥਾ ਨਾਲ ਇਹ ਤਸੱਵਰ ਕੀਤਾ ਜਾਂਦਾ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੁਖਾਤਬ ਕੀਤਾ ਤੇ ਇਹੋ ਹੀ ਗੱਲ ਬਾਬਾ ਕਬੀਰ ਜੀ ਵਾਲੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹੀ, ਆਖਿਆ ਹਰਟ ਵੀ ਤੂੰ ਤੂੰ ਕਰੇ। ਇੱਥੇ ਬਾਬਾ ਕਬੀਰ ਕਹਿੰਦੇ ਨੇ ਮੁੱਲਾਂ ਪੁਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ। ਰੱਬ ਕੋਈ ਬੋਲਾ ਵੀ ਤੈਨੂੰ ਉੱਚੀ ਥਾਂ ਤੇ ਖਲੋ ਕੇ ਉੱਚੀ ਆਵਾਜ਼ ਦੇਣੀ ਪੈਗੀ ਤਾਂ ਹੀ ਸੁਣੇਗਾ। ਕਹਿੰਦੇ ਨੇ ਜਾ ਕਾਰਨ ਤੂੰ ਬਾਂਗ ਦੇ ਦਿਲ ਵੀ ਦਿਲ ਹੀ ਬਿਹਤਰ ਜੋ ਤਾਂ ਤੇਰੇ ਨੇੜੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖੂਹ ਨੂੰ ਹਰਟ ਨੂੰ ਮੁਖਾਤਬ ਕਰਕੇ ਇਹੋ ਗੱਲ ਆਖੀ, ਕਹਿਣ ਲੱਗੇ ਹਰਟ ਵੀ ਤੂੰ ਤੂੰ ਕਰੇ, ਮੈਨੂੰ ਤੇਰੇ 'ਤੇ ਇਤਰਾਜ਼ ਨਹੀਂ, ਭਲੀ ਬਾਣ ਹੈ, ਚੰਗੀ ਆਦਤ ਹੈ, ਮੈਨੂੰ ਇਹ ਆਵਾਜ਼ ਚੰਗੀ ਲੱਗਦੀ ਹੈ। ਪਰ ਮੈਨੂੰ ਇੱਕ ਸਵਾਲ ਖੜ੍ਹਾ ਹੋ ਗਿਆ ਵੀ ਕਿਤੇ ਤੂੰ ਇਹ ਆਵਾਜ਼ ਇਸ ਖਿਆਲ ਨਾਲ ਤਾਂ ਨਹੀਂ ਦੇ ਰਿਹਾ ਵੀ ਰੱਬ ਨੂੰ ਸੁਣਾ ਲਵਾਂ, ਉਹ ਕਿਤੇ ਦੂਰ ਬੈਠਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਹਰਟ ਵੀ ਤੂੰ ਤੂੰ ਕਰੇ ਹੈ, ਬੋਲੇ ਭਲੀ ਬਾਣ, ਪਰ ਇੱਕ ਖਿਆਲ ਕਰੀ ਸਾਹਿਬ ਸਦਾ ਹਜ਼ੂਰ ਹੈ, ਰੱਬ ਨੇੜੇ ਹੈ, ਦਿਲ ਹੀ ਬਿਹਤਰ ਜੋ ਹੈ। ਬਾਬਾ ਕਬੀਰ ਕਹਿੰਦੇ ਨੇ, ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਸਾਹਿਬ ਸਦਾ ਹਜ਼ੂਰ ਹੈ। ਕਿਆ ਉੱਚੀ ਕਰੇ ਪੁਕਾਰ, ਸਾਹਿਬ ਸਦਾ ਹਜ਼ੂਰ ਹੈ, ਕਿਆ ਉੱਚੀ ਕਰੇ ਪੁਕਾਰ, ਰੱਬ ਨੇੜੇ, ਤੂੰ ਮੀਨਾਰ 'ਤੇ ਚੜ੍ਹ ਕੇ ਆਵਾਜ਼ ਦਿੰਦਾ ਹੈ। ਹਾਂ ਇਹ ਗੱਲ ਮਾੜੀ ਨਹੀਂ, ਮੀਨਾਰ 'ਤੇ ਚੜ੍ਹ, ਸਜਦਾ ਵੀ ਦੇ, ਨਮਾਜ਼ ਵੀ ਪੜ੍ਹ, ਪਰ ਇਸ ਇੱਟਾਂ ਅਤੇ ਪੱਥਰਾਂ ਦੀ ਉੱਚੀ ਇਮਾਰਤ 'ਤੇ ਖਲੋ ਕੇ ਕਿਸੇ ਤਸੱਵਰ ਕੀਤੇ ਰੱਬ ਨੂੰ ਆਵਾਜ਼ਾਂ ਨਾ ਦੇ। ਮੈਂ ਤੈਨੂੰ ਇੱਕ ਐਸੀ ਮਸਜਿਦ ਦਾ ਜ਼ਿਕਰ ਕਰਨਾ, ਤੈਨੂੰ ਉੱਥੇ ਲਿਆ ਕੇ ਖੜਾ ਕਰਨਾ ਚਾਹੁੰਦਾ ਜਿੰਦਾ ਵੀ ਆਪਣਾ ਮੀਨਾਰ ਹੈ, ਆਪਣਾ ਮੀਨਾਰ ਹੈ। ਹਾਂ ਮੈਂ ਤੈਨੂੰ ਉੱਥੇ ਲੈ ਚੱਲਾਂ। ਸਤਿਗੁਰੂ ਦਾ ਵਚਨ ਹੈ ਬਾਣੀ ਦਾ। ਕਹਿ ਲੱਗੇ ਕਹੋਰੇ ਮੁੱਲਾਂ ਬਾਂਗ ਨਿਮਾਜ਼, ਕਹੇ ਬਾਂਗ ਵੀ ਦੇ ਨਿਮਾਜ਼ ਵੀ ਪੜ੍ਹ, ਮੀਨਾਰ 'ਤੇ ਵੀ ਚੜ੍ਹ, ਪਰ ਇਹਨਾਂ ਇੱਟਾਂ ਪੱਥਰਾਂ ਦੀ ਮਸਜਿਦ, ਇਹਨਾਂ ਇੱਟਾਂ ਪੱਥਰਾਂ ਦੇ ਬਣਾਏ ਹੋਏ ਮੀਨਾਰ 'ਤੇ ਚੜ੍ਹ ਕੇ ਆਵਾਜ਼ਾਂ ਦੇਣ ਵਾਲਿਆ, ਮੈਂ ਤੈਨੂੰ ਇੱਕ ਐਸੇ ਟਿਕਾਣੇ ਲਿਜਾਣਾ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਖਿਆਲ ਕਿੱਡੇ ਮਹਾਨ ਨੇ। ਗੁਰੂ ਕਹਿੰਦੇ ਨੇ ਕਹੋ ਰੇ ਮੁੱਲਾਂ ਬਾਂਗ ਨਮਾਜ਼, ਮੁੱਲਾਂ ਬਾਂਗ ਵੀ ਦੇ ਨਮਾਜ਼ ਵੀ ਪੜ੍ਹ, ਪਰ ਆ ਮੈਂ ਤੈਨੂੰ ਉਸ ਮਸੀਤੇ ਲੈ ਚੱਲਾਂ ਜਿੰਦਾ ਮੀਨਾਰ ਤੇਰੇ ਕੰਮ ਆਵੇ, ਤੇਰੇ ਸਦੜਾ ਪ੍ਰਭੂ ਤੱਕ ਪਹੁੰਚ ਜਾਏ। ਫਿਰ ਕਦੀ ਉਸ ਲਾਈਨ ਨੂੰ ਦੇਖਿਓ, ਕਹੋ ਰੇ ਮੁੱਲਾਂ ਬਾਂਗ ਨਮਾਜ਼, ਉਹ ਮਸੀਤ ਕਿਹੜੀ ਹੈ, ਏਕ ਮਸੀਤ ਦਸੇ ਦਰਵਾਜ਼, ਏਕ ਮਸੀਤ ਹੈ ਤੈਨੂੰ ਮਨੁੱਖਾ ਦੇਈ ਮਿਲੀ ਹੈ ਭਈ ਪ੍ਰਾਪਤ, ਮਨੁੱਖ ਦੋਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ।
मीनार ते उसे नहीं चढ़े ना। आ मैं तेनू उस मसीत ते ले चलना। एक मसीत दसे दरवाज, ये दसां दरवाजे वाली भाव नौ द्वारे प्रगट किए दसवां गुप्त रखा है। ये दरवाजे दसां दरवाजे वाली एक मसीत है शरीर दे। ते इंदे विच जड़ी उच्ची अवस्था ते चढ़ना है वह है इंदा मीनार। मनुखा जन्म विच रसातल वल ना जाए, बिरती ऊंचाई वल जाए। क्यों? क्योंकि सतगुरु ने बाणी विच आख दिता, कहन लगे वड्डा साहिब उच्चा थाओ उच्चे उपर उच्चा ना हो, एवड उच्चा होवे कोई उस मीनार ते चढ़ना पेगा। गलबाड़ी नहीं, मीनार बदलना है। इट्टां पत्थरां दा राजमिस्त्री दा बनाया होया मीनार नहीं, एक गुरु दा बनाया होया उच्ची अवस्था दा मीनार है जिहड़ा गुरु सिरजदा है। तेरी अवस्था नूं उच्ची पौड़ी ते चढ़ा, सतगुरु ने बाणी विच आखिया, कहिंदे गुर की पौड़ी चढ़े नर कोई। पौड़ी है जिंदे ते गुरु दे उपदेश गुरु दी अगवाई दी पौड़ी विच चढ़ के अवस्था उच्ची हुंदी है। कहन लगे वड्डा साहिब उच्चा थाओ उच्चे उपर उच्चा ना हो, एवड उच्चा होवे कोई तिस उच्चे को जाने सोए। उन्हों देखन लई तू इस मीनार ते चढ़े है ना, पर एक ख्याल करी ओ दिसेगा जदों तेरी अवस्था दा मीनार उच्चा हो जाएगा जो उन्दे ते चढ़ेगा। उत्थे दे सदड़ा, ओ सदड़े नू सुन ली ता मेरिया मेरी हालत मेरिया आसा भी तरसदियां ने। सतगुरु ने बाणी विच आखिया तेरा सदड़ा सुनी जा भाई, तेरा सदड़ा सुनी जा भाई जे को बहे अलाए। कोई एहो जा सदड़ा कोई एहो जी बांग देवे जेड़ा अवस्था दी उच्चे मीनार ते खड़ा होके रब नू सदे सदे आवाजा देवे आए मेल। कमन संजोग मिलो प्रो अपने, पल पल निम्त सदा हज अपने। कहन लगे भी एक सदड़ा है पर एक किसे इट्टां पत्थरां दी इमारत दे मीनार ते खलो के किते किसे ऐसी मस्जिद दा मुल्ला बन के काजी बन के नहीं सदड़ा दिता जांदा। ਇਹ ਸਦੜਾ ਜਦੋਂ ਮਨੁੱਖਾ ਜਨਮ ਨੂੰ ਸਵਾਰ ਕੇ ਇਸੇ ਮਸਜਿਦ ਦੇ ਇੱਕ ਉੱਚੀ ਅਵਸਥਾ ਦੇ ਮੀਨਾਰ 'ਤੇ ਖਲੋ ਕੇ ਤੂੰ ਰੱਬ ਨੂੰ ਸੱਦਾ ਦੇਣਾ ਅਤੇ ਉਹ ਮੈਂ ਵੀ ਸੁਣਨਾ ਚਾਹੁੰਦਾ। ਤੇਰਾ ਸਦੜਾ ਸੁਣੀ ਜਾ ਭਾਈ ਜੇ ਕੋ ਬਹਿ ਅਲਾਏ। ਅਤੇ ਜੇ ਤੂੰ ਆਖੇ ਮੈਂ ਸਦੜਾ ਦੁਨੀਆ ਨੂੰ ਸੰਸਾਰ ਦੇ ਉਹ ਨਿਮਾਜ਼ੀ ਲੋਕਾਂ ਨੂੰ ਜਗਾਉਣ ਲਈ ਦੂਜਾ ਪੱਖੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਨਿਮਾਜ਼ ਦਾ ਸਮਾਂ ਹੋ ਗਿਆ ਉੱਠੋ ਉੱਠ ਫਰੀਦਾ। ਬਾਬਾ ਫਰੀਦ ਨੇ ਵੀ ਆਖਿਆ ਨਾ ਉੱਠ ਫਰੀਦਾ ਉਜੂ ਸਾਜ, ਉੱਠ ਉਜੂ ਸਾਜ ਲਾਏ। ਸੁਬਾਹ ਦਾ ਟਾਈਮ ਹੈ, ਫਜ਼ਰ ਦੀ ਨਿਮਾਜ਼ ਪੜ੍ਹਨੀ ਹੈ, ਇਸ ਲਈ ਸੁਬਾਹ ਨਿਮਾਜ਼ ਗੁਜ਼ਾਰ। ਉੱਠ ਫਰੀਦਾ ਉਜੂ ਸਾਜ, ਸੁਬਾਹ ਨਿਮਾਜ਼ ਗੁਜ਼ਾਰ। ਜੇ ਤੂੰ ਆਖੇ ਮੈਂ ਇਸ ਨਿਮਾਜ਼ ਪੜ੍ਹਨ ਲਈ ਲੋਕਾਂ ਨੂੰ ਜਗਾ ਰਿਹਾ, ਇਸ ਲਈ ਉੱਚੀ ਥਾਂ 'ਤੇ ਖਲੋ ਕੇ ਆਵਾਜ਼ ਦੇ ਰਿਹਾ। ਅਤੇ ਕਹਿਣ ਲੱਗੇ ਜਿਸ ਦਿਨ ਤੂੰ ਅਵਸਥਾ ਦੀ ਉੱਚੀ ਥਾਂ 'ਤੇ ਖਲੋ ਕੇ ਆਵਾਜ਼ ਦੇਂਗਾ ਸੰਸਾਰ ਜਾਗ ਪਏਗਾ ਭਰਮਾਂ ਦੀ ਨੀਂਦ ਤੋਂ, ਨਹੀਂ ਤਾਂ ਵਾਂਗ ਦਿਨ ਰਾਤ ਦਿੱਤੀ ਜਾ ਰਹੀ ਹੈ ਅਵਸਥਾ ਫਿਰ ਸੁੱਤੀ ਹੋਈ ਹੈ। ਮੈਂ ਹੈਰਾਨ ਹੁੰਦਾ ਸਿਰਫ ਉਸ ਵਾਂਗ ਦੇ ਨਿਯਮ ਨੂੰ ਪਾਲਦਿਆਂ। ਮੈਂ ਜਦੋਂ ਇਸਲਾਮੀ ਮੁਲਕਾਂ ਵਿੱਚ ਵੀ ਕਈ ਵਾਰੀ ਗਿਆ ਅਤੇ ਦੇਖਿਆ
ਜਦੋਂ ਸਮਾਂ ਆਉਂਦਾ ਨਾ ਨਮਾਜ਼ ਦਾ, ਉਦੋਂ ਟੀ ਵੀ ਸਟੇਸ਼ਨ ਚੈਨਲ ਵੀ ਬੰਦ ਕਰ ਦਿੱਤੇ, ਇੱਕੋ ਸਿਰਫ ਆਵਾਜ਼ ਨਮਾਜ਼ ਦੀ ਹੁੰਦੀ ਹੈ। ਮਤਲਬ ਹੁੰਦਾ ਕਿ ਦੁਨੀਆਂ ਨੂੰ, ਵਸਨੀਕਾਂ ਨੂੰ, ਮਨੁੱਖਾਂ ਨੂੰ, ਲੋਕਾਂ ਨੂੰ ਪਤਾ ਲੱਗ ਜਾਏ ਨਮਾਜ਼ ਦਾ ਸਮਾਂ ਹੈ। ਪਰ ਕੀ ਉਹ ਨਮਾਜ਼ ਹੀ ਨਮਾਜ਼ ਹੈ? ਕੀ ਉਹ ਹੀ ਨਮਾਜ਼ ਹੈ? ਆਪਣੀ ਰਸਮ ਤੋਂ ਸਾਈਂ ਬੁੱਲੇ ਸ਼ਾਹ ਨੇ ਇੱਕ ਗੱਲ ਆਖੀ, ਗਜ਼ਕੀ ਸੀ। ਉਹਨੇ ਆਖਿਆ, ਬੁੱਲੇ ਨੂੰ ਲੋਕ ਮੱਤੀ ਦਿੰਦੇ, ਬੁੱਲਿਆ ਤੂੰ ਜਾ ਬਹਿ ਮਸੀਤੀ। ਹੈ ਫਕੀਰ ਹੈ, ਨਮਾਜ਼ੀ ਬਣ, ਮਸੀਤ ਵਿੱਚ ਜਾ, ਉੱਥੇ ਬਹਿ ਕੇ ਨਮਾਜ਼ ਪੜ੍ਹ। ਪਰ ਬੜੀ ਖੂਬਸੂਰਤ ਗੱਲ ਬਾਬਾ ਬੁੱਲਾ ਸ਼ਾਹ ਨੇ ਆਖੀ। ਕਹਿਣ ਲੱਗੇ, ਬੁੱਲੇ ਨੂੰ ਲੋਕ ਮੱਤੀ ਦਿੰਦੇ, ਬੁੱਲਿਆ ਤੂੰ ਜਾ ਬਹਿ ਮਸੀਤੀ। ਅਤੇ ਜਵਾਬ ਦਿੰਦਾ, ਕਹਿੰਦਾ, ਵਿੱਚ ਮਸੀਤਾਂ ਕੁਝ ਨਹੀਂ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ। ਬਾਹਰੋਂ ਪਾਕ ਕੀ ਹੁੰਦਾ ਜੇ ਅੰਦਰੋਂ ਗਈ ਨਾ ਪਲੀਤੀ? ਬਿਨ ਮੁਰਸ਼ਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ। ਬੜੀ ਖੂਬਸੂਰਤ ਗੱਲ ਸੀ, ਇਬਾਦਤ ਕਰਾਂ ਜੇ ਦਿਲੋਂ ਕੀਤੀ ਜਾਏ, ਕਿਉਂਕਿ ਖੁਦਾਵੰਦ ਤਾਂ ਦਿਲ ਵਿੱਚ ਬੈਠਾ। ਮੈਂ ਮੀਨਾਰ 'ਤੇ ਖਲੋ ਕੇ ਇਬਾਦਤ ਕਰਾਂ? ਇਹੋ ਗੱਲ ਬਾਬਾ ਕਬੀਰ ਨੇ ਵੀ ਆਖੀ। ਕਹਿਣ ਲੱਗੇ, ਜਿਸ ਦਿਨ ਤੂੰ ਉੱਚੀ ਅਵਸਥਾ ਦੇ ਮੀਨਾਰ 'ਤੇ ਖਲੋ ਕੇ, ਇਸ ਮਨੁੱਖਾ ਜਨਮ ਵਿੱਚ ਉੱਚੀ ਅਵਸਥਾ ਦੇ ਮੀਨਾਰ 'ਤੇ ਖਲੋ ਕੇ ਖੁਦਾ ਨੂੰ, ਪ੍ਰਭੂ ਨੂੰ, ਅੱਲਾ ਤਾਲਾ ਨੂੰ ਆਵਾਜ਼ ਦੇਂਗਾ, ਵਿਸ਼ਵਾਸ ਕਰ, ਜੇ ਦੁਨੀਆ ਨੂੰ ਅੱਲਾ ਤਾਲਾ ਨੂੰ ਆਵਾਜ਼ ਦੇਂਗਾ, ਉਹ ਤੈਨੂੰ ਅੰਦਰ ਦਿਸ ਪਏਗਾ। ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਬਿਹਤਰ ਜੋ ਇਹ ਦਿਲ ਵਿੱਚ ਦਿਸ ਪਏਗਾ। ਅਤੇ ਜੇ ਤੂੰ ਸੰਸਾਰ ਨੂੰ ਜਗਾਉਣ ਲਈ ਆਵਾਜ਼ ਦੇਵੇਂਗਾ, ਤਾਂ ਦੁਨੀਆ, ਸੰਸਾਰ ਦੇ ਲੋਕ ਤੇਰੇ ਸੱਦੜੇ, ਤੇਰੀ ਆਵਾਜ਼ ਜਿਹੜੀ ਤੇਰੇ ਉੱਚੇ ਆਚਰਨ ਦੀ ਛੱਤ ਤੋਂ, ਮੀਨਾਰ ਤੋਂ ਨਿਕਲੇਗੀ ਨਾ, ਵਿਸ਼ਵਾਸ ਕਰ, ਉਸ ਆਵਾਜ਼ ਨੂੰ ਸੁਣ ਕੇ ਸੰਸਾਰ ਦੇ ਲੋਕ ਭਰਮਾਂ ਦੀ ਨੀਂਦ ਤੋਂ ਜਾਗ ਪੈਣਗੇ। ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ। ਕਹਿਣ ਲੱਗੇ, ਕਬੀਰ ਮੁੱਲਾ ਮੁਨਾਰੇ ਕਿਆ ਛੜੇ, ਮੁੱਲਾ ਦਿੱਲੀ
कबीर जी दे विचारां दी लड़ी विच्चों आपां अज दे इस श्लोक विच्चों एक बड़ी गैर गंभीर अवस्था प्राप्त करनी है कि सिर्फ राम राम सबको कहे कहे आराम ना होए। हैरानगी दी गल है, कोई उस रब नूं धरती दियां गहराइयां विच्चों ढूंढ रहा है, भोरियां विच बैठा है। जिहड़ा भोरियां विच बैठा है वह कहिंदा खरे रब भोरियां विच्चों मिलदा है, धरती दियां गहराइयां विच्चों ढूंढ रहा है। कोई मीनार ते चढ़ के आकाश वल पिया ढूंढ दियां निगाह मारदा, वह कहिंदा खरे रब सतवें आकाश ते बैठा है। पर गुरु कहिंदे ने नहीं भलिया, सो अंतर सो बाहर अनंत, बाहर भीतर एको जानो। ये ज्ञान तो गुरु बख्शता है ना बाणी, जिस ज्ञान लई असी बाबा कबीर जी दे शब्दों का सहारा लैंदे। गुरु कहिंदे ने बाहर भीतर एको जानो, ये गुर ज्ञान बताई। गुरु बख्शिश करे सानू सतगुरु की बाणी विच बैठे हुए भगतां ते सतगुरु की बाणी विच बैठे हुए सतगुरु स्वरूप बाणी विच्चों अपने जीवन लिए ज्ञान दा मीनार अवस्था मिले, तां कि साडी आवाज़ मेरे मालिक तक पहुँच सके। इन्हां शब्दां नाल खिमांदा जा चुका, फतेह बुलाओ। वाहिगुरु जी का खालसा, वाहिगुरु जी की फतेह।